बाबा सुखदेव सिंह जी भुच्चों वाले उन्हां दी यतना सदका ये गुरु घर उसारी अधीन चल रहा। जदों असी सचखंड साहिब तो नामदेव जी दे दर्शना नूं जांदे हां, जिहड़ा कि उत्थे बहुत वड्डा स्थान है बाबा नामदेव जी दा, तां रास्ते विच ये गुरु घर पैंदा है। देखो इत्थे इस गुरु घर दे विच बहुत सारे पशु रखे हुए हैं जिन्हां सदका लंगरां दे विच दुध मक्खण दही लस्सी आदि सारा कुछ इत्थे वरतदा है। सो बहुत ही वड्डा ये बाबियां दा जतन उपराला दक्षण दे विच स्थित है। देखो काफ़ी डंगर इत्थे मौजूद ने, बूटा सिंह इत्थे ये सेवादार भी हैगा जिन्हां नाल असीं गलबात करके सारा उन बारे पुछिया। आ लंगर दे जिहड़ा वरतदा इत्थे चटनी दही कस्टर्ड खीर सारा कुछ वरतदा, एक बच्चा बहुत ही वधिया इत्थे लंगर जिहड़ा वो वरता रहे हैं। सो संगत जिहड़ी आ इत्थे जदों आउंदी आ तां तृप्त हो जाती आ, इन्ने तरह का जिहड़ा इत्थे जिहड़ा लंगर है वो इत्थे मिलदा। बाकी सारा कुछ राशन बाबा जी उतो भेज दे, सारा प्रबंध बाबा जी देख रेख चंगा पुच्चो मंडी सारा उन्होंने देख रेख, सारा उन्होंने मेहर दस देख सारा कुछ। ਬਾਬਾ ਨਾਮਦੇਵ ਜੀ ਦਾ ਦੇ ਮੰਦਰ ਦੇ ਦਰਸ਼ਨਾਂ ਨੂੰ ਜਿਹੜੀ ਸੰਗਤ ਇਸ ਟਾਈਮ ਚਾਲੇ ਪਾਏ ਹੋਏ ਹੈ ਜੀ, ਉਹ ਇੱਥੇ ਰੁਕੀ ਜਦੋਂ ਉਹਨਾਂ ਨੇ ਜਦੋਂ ਇੱਥੇ ਲੰਗਰ ਪਾਣੀ ਛਕਿਆ, ਉਹ ਲੰਗਰ ਦੇ ਵਿੱਚ ਲੱਸੀ ਮੱਖਣ ਕਸਟਰਡ ਦਾਲ ਹਰ ਤਰ੍ਹਾਂ ਦਾ ਲੰਗਰ ਛਕਿਆ ਤਾਂ ਸੰਗਤ ਸਾਨੂੰ ਤ੍ਰਿਪਤ ਹੋਈ ਨਜ਼ਰ ਆਈ ਜੀ। ਜਿਹੜਾ ਇੰਨਾ ਇਹ ਚੱਲਦਾ ਜੀ ਸਿਸਟਮ, ਇਹ ਫਿਰ ਇਹ ਉਹ ਸਾਰਾ ਉੱਥੋਂ ਹੀ ਸੇਵਾ ਚੱਲਦੀ ਹੈ ਕਿ ਜੀ ਇਲਾਕੇ ਦੇ ਵਿੱਚੋਂ ਵੀ ਕੋਈ ਮਦਦ ਮਿਲਦੀ ਹੈ? ਨਹੀਂ ਜੀ, ਕੋਈ ਸਾਰਾ ਸੰਗਤ ਦਾ ਹੀ ਕਿਰਪਾ, ਮਹਾਂਪੁਰਸ਼ ਕੋਈ ਗੱਲ ਕਰਦੇ ਨੇ, ਸੰਗਤ ਆਵੇ ਉਹਨਾਂ ਨੂੰ ਨਾਮ ਜਪਣ ਵਾਸਤੇ ਕਹੋ, ਬੈਠ ਕੇ 5-7 ਮਿੰਟ ਨਾਮ ਜਪਾਓ, ਰਸਤੇ ਵਿੱਚ ਨਾਮ ਜਪੋ, ਨਾਮ ਦੀ ਹੀ ਤਾਕਤ ਹੈ, ਕਿਸੇ ਕੋਲ ਜਾ ਕੇ ਕੋਈ ਚੀਜ਼ ਨਹੀਂ ਮਿਲਦੀ ਰਹਿੰਦੀ, ਨਾਮ ਦੀ ਤਾਕਤ ਦੇ ਨਾਲ ਹੀ ਸਾਰੀਆਂ ਚੀਜ਼ਾਂ, ਅਤੇ ਪਿੱਛੋਂ ਬਾਬਾ ਜੀ ਦਾ ਕਿਸੇ ਵੀ ਕੋਈ ਕਾਰੋਬਾਰ ਕੋਈ ਚੀਜ਼ ਚੱਲਦੀ ਆ ਜੀ, ਪਿੱਛੇ ਕਿਸੇ ਵੱਡੇ ਦਾ ਹੱਥ ਹੁੰਦਾ, ਅਤੇ ਇਹਦੇ ਵਿੱਚ ਪਿੱਛੇ ਬਾਬਾ ਜੀ ਦੇ ਸਾਰਾ ਪ੍ਰਤਾਪ ਆ, ਅਤੇ ਬਾਕੀ ਫਿਰ ਸੰਗਤ ਨਾਮ ਜਪਦੀ ਹੈ, ਅਤੇ ਨਾਮ ਜਪਣ ਦੀ ਤਾਕਤ ਆ, ਸਾਰੀਆਂ ਮੱਖਣ ਲੱਸੀ ਤੰਦੂਰੀ ਪ੍ਰਸ਼ਾਦੀ ਖੀਰ ਸਾਰਾ ਕੁਛ ਬਾਬਾ ਜੀ ਦੀ ਮੇਲ, ਉਹਦੇ ਸਦਕਾ ਅਸੀਂ ਤਾਂ ਕੁਛ ਕਰਨ ਜੋਗੇ ਨਹੀਂ ਹੈਗੇ। ਸਾਰੀ ਦੁਨੀਆਂ ਦੇ ਵਿੱਚ, ਵਰਲਡ ਦੇ ਵਿੱਚ ਇਹ ਤੁਹਾਡੀ ਗੱਲਬਾਤ ਜਾਣੀ ਆ, ਕੋਈ ਸੰਗਤ ਨੂੰ ਕੋਈ ਇਹੋ ਜਿਹਾ ਮੈਸੇਜ ਦਿਓ ਜਿਹਦੇ ਨਾਲ ਜਿਹੜਾ ਸੰਗਤ ਆ ਉਹਦਾ ਪਾਰਾ ਤਾਰਾ ਹੋ ਸਕੇ? ਸੰਗਤ ਦਾ ਕੁਝ ਦੇਖ ਲਓ ਜੀ, ਇੱਥੇ ਮਹਾਂਪੁਰਸ਼ਾਂ ਨੇ ਮਹਾਂਪੁਰਸ਼ਾਂ ਦਾ ਕੰਮ ਹੁੰਦਾ ਬੂਟਾ ਲਾ ਦੇਣਾ, ਅਤੇ ਅੱਗੋਂ ਜਿਹੜਾ ਵੀ ਸੇਵਾਦਾਰ ਆਵੇ ਅਤੇ ਉਹ ਸੇਵਾਦਾਰ ਉਹ ਬੂਟੇ ਨੂੰ ਪਾਣੀ ਦੇਵੇ ਅਤੇ ਫਲ ਖਾਈ ਜਾਓ ਜਿੰਨੇ ਮਰਜ਼ੀ, ਕੰਮ ਦੇ ਪਿੱਛੇ ਮਹਾਂਪੁਰਸ਼ਾਂ ਨੇ ਕੀਤਾ ਨਾ, ਅਤੇ ਮਹਾਂਪੁਰਸ਼ਾਂ ਦੇ ਕੰਮ ਕਿਉਂ ਹੁੰਦੇ ਨੇ? ਮਹਾਂਪੁਰਸ਼ ਇੱਕੋ ਹੀ ਕਰਦੇ ਨੇ। ਬਾਬਾ ਸੁਖਦੇਵ ਸਿੰਘ ਜੀ ਡੇਰਾ ਰੂਮੀ ਵਾਲਾ ਪੁੱਛ ਸਾ, ਸਾਰੀ ਦੁਨੀਆਂ ਨੂੰ ਪਤਾ 365 ਦਿਨ ਸਾਰੀ ਰਾਤ ਹੀ ਕੀਰਤਨ ਕਰਦੇ ਨੇ, ਰਹਿਣ ਸਫਾਈਆਂ ਕਰਦੇ ਨੇ, ਉਹਦੇ 'ਚ ਇੱਕੋ ਹੀ ਉਪਦੇਸ਼ ਦਿੰਦੇ, ਕੋਈ ਦੂਸਰੀ ਚੀਜ਼ ਦੀ ਮੰਗ ਨਹੀਂ ਕਰਦੇ, ਵੀ ਨਾਮ ਜਪੋ ਨਾਮ ਜਪੋ ਨਾਮ ਜਪੋ। ਅਤੇ ਜੇ ਨਾਮ ਜਪੋ ਸੰਤਾਂ ਮਹਾਂਪੁਰਸ਼ਾਂ ਦੇ ਕਾਰਜ ਹੁੰਦੇ ਨੇ, ਭਗਤ ਨਾਮਦੇਵ ਜੀ ਸਥਾਨ 'ਤੇ ਚੱਲਣੇ ਆ, ਜੇ ਉਹਨਾਂ ਨੂੰ ਪਰਮਾਤਮਾ ਆ ਕੇ ਡਾਇਰੈਕਟ ਮਿਲ ਸਕਦਾ, ਉਹਨਾਂ ਦੇ ਸਾਰੇ ਕੰਮ ਪਰਮਾਤਮਾ ਨੇ ਘਰ ਵੀ ਬਣਾਇਆ, ਅਤੇ ਅੱਜ ਨਹੀਂ ਮੰਨਦਾ, ਅੱਜ ਵੀ ਸੰਤਾਂ ਮਹਾਂਪੁਰਸ਼ਾਂ ਦੇ ਤੁਸੀਂ ਦੇਖ ਲਓ ਸਾਰੇ ਕੰਮ ਪਰਮਾਤਮਾ ਆ ਕੇ ਕਰਦਾ, ਅਤੇ ਵਡਿਆਈ ਨਾਮ ਦੀ। ਬਾਬਾ ਸੁਖਦੇਵ ਸਿੰਘ ਜੀ ਵੱਲੋਂ ਇੱਕੋ ਹੀ ਸੰਗਤ ਨੂੰ ਉਪਦੇਸ਼ ਆ ਵੀ ਨਾਮ ਜਪੋ ਨਾਮ ਜਪੋ, ਨਾਮ ਜਪੋਗੇ ਭੇਟਾ ਦਿਓਗੇ ਗੁਰੂ ਨੂੰ, ਨਾਨਕ ਪਾਤਸ਼ਾਹ ਦੇ ਚਰਨਾਂ 'ਚ ਰੱਖੋਗੇ ਨਾਮ ਜਪੋਗੇ, ਤਾਂ ਤੁਹਾਡਾ ਕੋਈ ਵੀ ਕੰਮ ਕੋਈ ਅੜੇਗਾ ਨਹੀਂ। ਕੋਈ ਵੀ ਅਗਰ ਤੁਹਾਨੂੰ ਮੁਸੀਬਤ ਆਉਣੀ ਵੀ ਹੋਏਗੀ ਨਾ, ਤਾਂ ਮੁਸੀਬਤ ਨਹੀਂ ਆਏਗੀ, ਦੂਰੋਂ ਭੱਜ ਜਾਏਗੀ, ਕਿਉਂਕਿ ਨਾਮ ਜਪਣ ਵਾਲੇ ਦੇ ਘਰ ਦੇ ਵਿੱਚ ਕਲਯੁਗ ਕਦੀ ਵੀ ਆ ਨਹੀਂ ਸਕਦਾ। ਇਹੋ ਹੀ ਮਹਾਂਪੁਰਸ਼ਾਂ ਦਾ ਉਪਦੇਸ਼ ਆਇਆ ਸੀ, ਅਤੇ ਕੋਈ ਉਪਦੇਸ਼ ਸਾਡਾ ਨਾ ਉਪਦੇਸ਼ ਨਾ ਹੀ ਕੋਈ ਹੈ, ਇਹ ਤਾਂ ਮਹਾਂਪੁਰਸ਼ਾਂ ਦੀ ਵਡਿਆਈ ਆ। ਬਾਬਾ ਸੁਖਦੇਵ ਸਿੰਘ ਜੀ ਉਹ ਕਿਸੇ ਵੀ ਕੀੜੇ ਨੂੰ ਕਿਸੇ ਨਵੀਂ ਦੁਨਿਆਵੀ ਜੀਵ ਨੂੰ ਪੜ੍ਹ ਕੇ ਸੇਵਾ ਕਰਵਾ ਲੈਣ। ਬਿਲਕੁਲ ਵਾਹਿਗੁਰੂ।